ਸਮਾਂ ਕੱਟ ਕੇ ਜਰੂਰ ਸੁਣੋ ਜੀ ਬਹੁਤ ਹੀ ਧਿਆਨ ਦੇਣਯੋਗ ਤੇ ਮਹੱਤਵਪੂਰਨ ਗੱਲਾਂ ਜੇਕਰ ਅਸੀਂ ਚਾਹ ਵਿੱਚ ਲੌਂਗ ਅਦਰਕ ਤੇ ਇਲਾਇਚੀ ਪਾ ਕੇ ਚਾਹ ਪੀ ਲਈਏ ਤਾਂ ਇਸ ਨਾਲ ਸਾਡੀ ਥਕਾਵਟ ਬਹੁਤ ਜਲਦੀ ਦੂਰ ਹੋ ਜਾਂਦੀ ਹੈ ਜੇਕਰ ਪੈਰਾਂ ਵਿੱਚ ਅਕਸਰ ਦਰਦ ਰਹਿੰਦਾ ਹੋਵੇ ਤਾਂ ਹਲਕੇ ਗਰਮ ਪਾਣੀ ਵਿੱਚ ਨਮਕ ਪਾ ਕੇ ਕੁਝ ਸਮਾਂ ਆਪਣੇ ਪੈਰਾਂ ਨੂੰ ਭਿਉਂ ਕੇ ਰੱਖੋ ਇਸ ਨਾਲ ਦਰਦ ਤੋਂ ਕਾਫੀ ਰਾਹਤ ਮਿਲੇਗੀ ਜਦੋਂ ਵੀ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਤਾਂ ਕਦੇ ਵੀ ਕਿਸੇ ਖਾਣੇ ਜਾਂ ਗੱਲਾਂ ਬਾਤਾਂ ਵਿੱਚ ਨੁਕਸ ਨਾ ਕੱਢੋ ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਬਹੁਤ ਹੀ ਵਧੀਆ ਗੁਣ ਹੁੰਦਾ ਹੈ ਕਦੇ-ਕਦੇ ਸਾਨੂੰ ਪਿਆਜ਼ ਅਤੇ ਅਚਾਰ ਨਾਲ ਵੀ ਰੋਟੀ ਖਾ ਲੈਣੀ ਚਾਹੀਦੀ ਹੈ ਇਸ ਨਾਲ ਸਾਡੇ ਮੂੰਹ ਨੂੰ ਇੱਕ ਅਲੱਗ ਤਰ੍ਹਾਂ ਦਾ ਟੇਸਟ ਮਿਲਦਾ ਹੈ ਪਿਆਜ਼ ਹਾਜਮੇ ਲਈ ਵੀ ਬਹੁਤ ਵਧੀਆ ਹੁੰਦਾ ਹੈ। ਬੈੱਡ ਨਾਲੋਂ ਜੇਕਰ ਅਸੀਂ ਜ਼ਮੀਨ ਉੱਪਰ ਕੁਝ ਸਮਾਂ ਆਰਾਮ ਕਰ ਲਈਏ ਤਾਂ ਸਾਡੀ ਕਮਰਦਰਦ ਦੀ ਸਮੱਸਿਆ ਦੂਰ ਹੁੰਦੀ ਹੈ। ਜੇਕਰ ਅਸੀਂ ਕੱਚਾ ਲਸਣ ਖਾ ਲਈਏ ਤਾਂ ਇਸ ਨਾਲ ਸਾਡਾ ਖੂਨ گاੜਾ ਨਹੀਂ ਹੁੰਦਾ ਤੇ ਨਾਲ ਹੀ ਇਹ ਸਾਡੇ ਖੂਨ ਨੂੰ ਸਾਫ਼ ਕਰਨ ਦਾ ਕੰਮ ਵੀ ਕਰਦਾ ਹੈ। ਜੇਕਰ ਅਸੀਂ ਗੈਸ ਦੀ ਰੋਟੀ ਨਾਲੋਂ ਚੁੱਲ੍ਹੇ ਤੇ ਰੋਟੀ ਬਣਾ ਕੇ ਖਾ ਲਈਏ ਤਾਂ ਇਹ ਰੋਟੀ ਬਦੇਰੀ ਸਵਾਦ ਅਤੇ ਸਾਡੇ ਸਰੀਰ ਲਈ ਫਾਇਦੇਮੰਦ ਹੁੰਦੀ ਹੈ ਜੇਕਰ ਅਸੀਂ ਆਪਣੇ ਬਰਤਨਾਂ ਨੂੰ ਸਾਬਣ ਦੀ ਜਗ੍ਹਾ ਸਵਾ ਨਾਲ ਮਾਂਜ ਲਈਏ ਤਾਂ ਇਸ ਨਾਲ ਇੱਕ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਦੂਸਰਾ ਸਾਡੇ ਬਰਤਨਾਂ ਦੀ ਚਮਕ ਵੀ ਬਹੁਤ ਵੱਧ ਜਾਂਦੀ ਹੈ ਜੇਕਰ ਤੁਹਾਨੂੰ ਅਕਸਰ ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਰੋਜ਼ਾਨਾ ਚਾਹ ਵਿੱਚ ਤੁਲਸੀ ਅਤੇ ਚਾਹ ਵਾਲਾ ਮਸਾਲਾ ਜ਼ਰੂਰ ਪਾ ਕੇ ਪੀਵੋ ਇਸ ਨਾਲ ਤੁਹਾਨੂੰ ਡਾਕਟਰ ਦੀ ਦਵਾਈ ਦੀ ਵੀ ਜ਼ਰੂਰਤ ਨਹੀਂ ਪਵੇਗੀ ਪਿਆਜ਼ ਦੇ ਰਸ ਵਿੱਚ ਜੇਕਰ ਅਸੀਂ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਪੀ ਲਈਏ ਤਾਂ ਇਸ ਨਾਲ ਸਾਡੀ ਉਲਟੀ ਬਹੁਤ ਜਲਦੀ ਰੁਕ ਜਾਂਦੀ ਹੈ ਜੇਕਰ ਅਸੀਂ ਤુલਸੀ ਦੇ ਪੱਤਿਆਂ ਨੂੰ ਪੀਸ ਕੇ ਸ਼ਹਿਦ ਨਾਲ ਲੈ ਲਈਏ ਤਾਂ ਇਸ ਨਾਲ ਸਾਡੇ ਗਲੇ ਵਿੱਚ ਹੋ ਰਹੀ ਖਾਜ ਤੋਂ ਸਾਨੂੰ ਰਾਹਤ ਮਿਲਦੀ ਹੈ ਤੇ ਨਾਲ ਹੀ ਕੰਗਵੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਸਵੇਰ ਦੀ ਟੋਪ ਵਿੱਚ ਬੈਠਣ ਨਾਲ ਸਰੀਰ ਵਿੱਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ ਜਿਸ ਨਾਲ ਸਕਿਨ ਉਤੇ ਨਿਖਾਰ ਆਉਂਦਾ ਹੈ ਵਿਟਾਮਿਨ E ਤੇ ਵਿਟਾਮਿਨ B ਚਿਹਰੇ ਦੀਆਂ ਛਾਈਆਂ ਘਟਾਉਣ ਵਿੱਚ ਮਦਦ ਕਰਦੇ ਹਨ ਚਿਹਰੇ ਦੀਆਂ ਛਾਈਆਂ ਘਟਾਉਣ ਦੇ ਲਈ ਤੁਸੀਂ ਆਲੂ ਦਾ ਪੇਸਟ ਤੇ ਐਲੋਵੇਰਾ ਜੈਲ ਨੂੰ ਵੀ ਮਿਕਸ ਕਰਕੇ ਚਿਹਰੇ ਤੇ ਲਗਾ ਸਕਦੇ ਹੋ ਇਸ ਦੇ ਨਾਲ ਵੀ ਛਾਈਆਂ ਨੂੰ ਕਾਫੀ ਫਰਕ ਪੈਂਦਾ ਹੈ ਬਿਨਾ ਭੁੱਖ ਲੱਗੇ ਤੋਂ ਸਾਨੂੰ ਕਦੇ ਵੀ ਭੋਜਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਲਈ ਸਹੀ ਨਹੀਂ ਹੈ ਕਦੇ-ਕਦੇ ਸਾਬਣ ਦੀ ਬਜਾਏ ਜੇਕਰ ਅਸੀਂ ਆਪਣੇ ਸਰੀਰ ਉੱਪਰ ਦਹੀਂ ਲਗਾ ਕੇ ਇਸ਼ਨਾਨ ਕਰ ਲਈਏ ਤਾਂ ਸਾਡੇ ਸਰੀਰ ਉੱਪਰ ਚਮਕ ਆਉਂਦੀ ਹੈ ਤੁਸੀਂ ਜਦੋਂ ਵੀ ਕੋਈ ਦਾਲ ਬਣਾਉਂਦੇ ਹੋ ਕਉਸ ਨੂੰ ਮਿੱਟੀ ਦੇ ਬਰਤਨ ਵਿੱਚ ਪਾ ਕੇ ਹਾਰੇ ਵਿੱਚ ਰੱਖ ਕੇ ਪਕਾਓ ਇਸ ਨਾਲ ਦਾਲ ਵਿੱਚ ਵਧੀਰੇ ਤਤ ਆਉਂਦੇ ਹਨ ਤੇ ਨਾਲ ਹੀ ਸਾਡੀ ਸਿਹਤ ਲਈ ਇਹ ਤਤ ਵਧੀਰੇ ਫਾਇਦੇਮੰਦ ਵੀ ਹੁੰਦੇ ਹਨ ਜੇਕਰ ਤੁਹਾਡੇ ਕੋਲ ਦਹੀਂ ਜਮਾਉਣ ਲਈ ਲੱਸੀ ਜਾਂ ਜਾਗ ਨਾ ਹੋਵੇ ਤਾਂ ਤੁਸੀਂ ਦਹੀਂ ਜਮਾਉਣ ਵਾਲੇ ਬਰਤਨ ਵਿੱਚ ਇੱਕ ਸਾਬਤ ਹਰੀ ਮਿਰਚ ਪਾ ਦਿਓ ਇਸ ਨਾਲ ਤੁਹਾਡਾ ਦਹੀਂ ਬਿਨਾਂ ਜਾਗ ਤੋਂ ਜੰਮ ਜਾਵੇਗਾ ਜਦੋਂ ਵੀ ਤੁਸੀਂ ਕੋਈ ਮਿੱਟੀ ਦਾ ਨਵਾਂ ਬਰਤਨ ਵਰਤਦੇ ਹੋ ਤਾਂ ਉਸ ਨੂੰ ਬਰਤਨ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਸਰੋਂ ਦਾ ਤੇਲ ਲਗਾ ਲਓ ਤੇ ਕੁਝ ਮਿੱਠੇ ਗੁਲਗਲੇ ਬਣਾ ਲਓ ਇਸ ਨਾਲ ਤੁਹਾਡਾ ਮਿੱਟੀ ਦਾ ਬਰਤਨ ਪੱਕ ਜਾਵੇਗਾ ਤੇ ਉਹ ਜਲਦੀ ਨਹੀਂ ਟੁੱਟੇਗਾ ਜੇਕਰ ਅਸੀਂ ਰਾਤ ਦੀ ਬਚੀ ਹੋਈ ਰੋਟੀ ਦੁੱਧ ਵਿੱਚ ਭਿਉਂ ਕੇ ਖਾ ਲਈਏ ਤਾਂ ਇਸ ਨਾਲ 슈ਗਰ ਲੈਵਲ ਆਪਣੇ ਆਪ ਕੰਟਰੋਲ ਵਿੱਚ ਰਹਿੰਦਾ ਹੈ ਜੇਕਰ ਅਸੀਂ ਆਪਣੇ ਵਾਲਾਂ ਉੱਪਰ ਲੱਸੀ ਨੂੰ ਹਲਕੀ ਕੋਸੀ ਕਰਕੇ ਲਗਾ ਲਈਏ ਤਾਂ ਇਸ ਨਾਲ ਸਾਡੇ ਵਾਲਾਂ ਦੀ ਚਮਕ ਵੀ ਵਧੇਗੀ ਤੇ ਨਾਲ ਹੀ ਲੰਬਾਈ ਵੀ ਵਧੇਗੀ। ਅੱਜਕੱਲ ਅਸੀਂ ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਇਸ ਕਰਕੇ ਹੋ ਰਹੇ ਹਾਂ ਕਿਉਂਕਿ ਅਸੀਂ ਪੰਜਾਬੀ ਟਾਇਲਟ ਦੀ ਥਾਂ ਤੇ ਅੰਗਰੇਜ਼ੀ ਟਾਇਲਟ ਦਾ ਵਧੇਰੇ ਇਸਤੇਮਾਲ ਕਰ ਰਹੇ ਹਾਂ ਜਿਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਰੋਗ ਲੱਗਦੇ ਹਨ ਜਿਵੇਂ ਕਿ ਗੋਡਿਆਂ ਦੇ ਦਰਦ ਇਨਫੈਕਸ਼ਨ ਆਦਿ ਆਪਣੇ ਨੋਹ ਨੂੰ ਕਦੇ ਵੀ ਮੂੰਹ ਨਾਲ ਨਾ ਕੱਟੋ ਇਸ ਨਾਲ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ ਕਿਉਂਕਿ ਇਹਨਾਂ ਵਿੱਚ ਬਹੁਤ ਹੀ ਗੰਦੀ ਮੈਲ ਹੁੰਦੀ ਹੈ ਮੂੰਹ ਨਾਲ ਨਾ ਕੱਟਣ ਦੇ ਕਾਰਨ ਇਹ ਮੈਲ ਮੂੰਹ ਦੇ ਰਾਹੀਂ ਸਾਡੇ ਪੇਟ ਵਿੱਚ ਚਲੀ ਜਾਂਦੀ ਹੈ ਜੋ ਕਿ ਇਨਫੈਕਸ਼ਨ ਦਾ ਕਾਰਨ ਬਣਦੀ ਹੈ ਜੇਕਰ ਆਪਣੇ ਕੰਨ ਨੂੰ ਜਲਦੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਹਲਕਾ ਕੋਸਾ ਕਰਕੇ ਸਰੋਂ ਦਾ ਤੇਲ ਕੰਨ ਵਿੱਚ ਪਾ ਲਓ ਤੁਹਾਡਾ ਕੰਨ ਬਹੁਤ ਜਲਦੀ ਸਾਫ਼ ਹੋ ਜਾਵੇਗਾ ਕਿਉਂਕਿ ਕੋਸੇ ਤੇਲ ਨਾਲ ਸਾਰੀ ਮੈਲ ਆਪਣੇ ਆਪ ਕੰਨ ਤੋਂ ਬਾਹਰ ਹੋ ਜਾਵੇਗੀ ਆਪਣੇ ਪੈਰਾਂ ਅਤੇ ਹੱਥਾਂ ਦੇ ਨਹਾਂ ਨੂੰ ਸਮੇਂ-ਸਮੇਂ ਤੇ ਜ਼ਰੂਰ ਕੱਟੋ ਕਿਉਂਕਿ ਇਹ ਬਿਮਾਰੀਆਂ ਨੂੰ ਸੱਦਾ ਦੇਣ ਦਾ ਸਭ ਤੋਂ ਪਹਿਲਾ ਕਦਮ ਹੈ ਕਿਉਂਕਿ ਇਨ੍ਹਾਂ ਵਿੱਚ ਮੈਲ ਬਹੁਤ ਜਲਦੀ ਜਮ੍ਹਾਂ ਹੋ ਜਾਂਦੀ ਹੈ ਜੋ ਖਾਣੇ ਰਾਹੀਂ ਸਾਡੇ ਪੇਟ ਦੇ ਅੰਦਰ ਚਲੀ ਜਾਂਦੀ ਹੈ ਤੇ ਸਾਨੂੰ ਰੋਗੀ ਬਣਾ ਦਿੰਦੀ ਹੈ ਆਪਣੇ ਚਿਹਰੇ ਉੱਪਰ ਸ਼ਹਿਦ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਲਗਾ ਲਓ। ਤੁਹਾਡੀ ਚਿਹਰੇ ਤੇ ਕਾਫੀ ਨਿਖਾਰ ਆਵੇਗਾ। ਆਪਣੇ ਘਰ ਵਿੱਚ ਅਮਰੂਦ ਦੇ ਪੱਤਿਆਂ ਨੂੰ ਸੁਕਾ ਕੇ ਉਹਨਾਂ ਦਾ ਚੂਰਨ ਵੀ ਬਣਾ ਕੇ ਜਰੂਰ ਰੱਖੋ। ਇਸ ਨਾਲ ਖੰਘ ਤੋਂ ਬਹੁਤ ਆਰਾਮ ਮਿਲਦਾ ਹੈ। ਜਦੋਂ ਵੀ ਖੰਘ ਹੋਵੇ ਤਾਂ ਤੁਰੰਤ ਇਹ ਚੂਰਨ ਚਾਹ ਜਾਂ ਦੁੱਧ ਨਾਲ ਲੈ ਲਓ। ਤੁਹਾਡੀ ਖੰਘ ਛੂਮੰਤਰ ਹੋ ਜਾਵੇਗੀ। ਔਰ ਤਾਂ ਜਾਂ ਮਰਦਾਂ ਨੂੰ ਘਰ ਦੇ ਕੁਝ ਕੰਮ ਪੈਰਾਂ ਪਰ ਬੈਠ ਕੇ ਜਰੂਰ ਕਰ ਲੈਣੇ ਚਾਹੀਦੇ ਹਨ ਇਸ ਨਾਲ ਸਾਡੀਆਂ ਲੱਤਾਂ ਦੀ ਭਾਫ਼ ਨਿਕਲਦੀ ਹੈ ਜਿਸ ਨਾਲ ਸਾਡੇ ਗੋਡੇ ਲੱਤਾਂ ਤੇ ਕਮਰ ਵਿੱਚ ਦਰਦ ਨਹੀਂ ਹੁੰਦਾ ਆਪਣੇ ਘਰ ਵਿੱਚ ਹੈੜਾਂ ਦੀ ਫੱਕੀ ਬਣਾ ਕੇ ਜਰੂਰ ਰੱਖੋ ਜਦੋਂ ਤੁਹਾਡੇ ਘਰ ਵਿੱਚ ਕਿਸੇ ਦਾ ਪੇਟ ਦਰਦ ਹੋਵੇ ਤਾਂ ਥੋੜੀ ਜਿਹੀ ਚਾਹ ਜਾਂ ਕੋਸੇ ਪਾਣੀ ਨਾਲ ਖਾ ਲਓ ਤੁਰੰਤ ਦਰਦ ਤੋਂ ਆਰਾਮ ਮਿਲੇਗਾ ਅੱਖਾਂ ਦੀ ਰੌਸ਼ਨੀ ਤੇਜ ਕਰਨ ਲਈ ਰੋਜ਼ਾਨਾ ਇੱਕ ਹਰਾ ਆਮਲਾ ਜ਼ਰੂਰ ਖਾਓ ਕਾਫੀ ਲਾਭਦਾਇਕ ਹੁੰਦਾ ਹੈ 10 ਤੋਂ 12 ਲੌਂਗ ਪਾਣੀ ਵਿੱਚ ਉਬਾਲ ਕੇ ਲੌਂਗ ਵਾਲੀ ਚਾਹ ਬਣਾ ਲਵੋ ਇਸ ਪਾਣੀ ਨੂੰ ਠੰਡਾ ਕਰਕੇ ਵਾਲ ਕਲਰ ਕਰਨ ਤੇ ਸ਼ੈਂਪੂ ਕਰਨ ਤੋਂ ਬਾਅਦ ਸਿਰ ਵਿੱਚ ਪਾਓ ਇਸ ਨਾਲ ਤੁਹਾਡੇ ਵਾਲਾਂ ਦੀ ਖੂਬਸੂਰਤੀ ਹੋਰ ਵੀ ਵਧੇਗੀ ਹਿੰਗ ਨੂੰ ਪਾਣੀ ਵਿੱਚ ਹਲਕੀ ਗਰਮ ਕਰਕੇ ਦੰਦਾਂ ਦੀ ਉਸ ਜਗ੍ਹਾ ਉੱਪਰ ਲਾਓ ਜਿੱਥੇ ਕੀੜਾ ਲੱਗਿਆ ਹੋਵੇ ਇਸ ਦੀ ਮਦਦ ਨਾਲ ਕੀੜਾ ਨਿਕਲ ਜਾਵੇਗਾ ਨਹਾਉਣ ਸਮੇਂ ਸਭ ਤੋਂ ਪਹਿਲਾਂ ਪਾਣੀ ਆਪਣੇ ਪੈਰਾਂ ਉੱਪਰ ਪਾਓ ਇਸ ਨਾਲ ਤੁਸੀਂ ਹਾਰਟ ਅਟੈਕ ਦੇ ਸ਼ਿਕਾਰ ਨਹੀਂ ਹੋਵੋਗੇ ਤੇ ਨਾਲ ਹੀ ਹਲਕੇ ਗੂਸੇ ਪਾਣੀ ਨਾਲ ਹੀ ਇਸ਼ਨਾਨ ਕਰੋ ਜ਼ਿਆਦਾ ਠੰਡਾ ਤੇ ਜ਼ਿਆਦਾ ਗਰਮ ਪਾਣੀ ਲੈਣ ਤੋਂ ਬਚੋ ਜਿਹੜੀਆਂ ਔਰਤਾਂ ਸਾਰੇ ਕੰਮ ਪੈਰਾਂ ਪਾਰ ਬੈਠ ਕੇ ਕਰਦੀਆਂ ਹਨ ਉਹਨਾਂ ਉੱਪਰ ਕਦੇ ਵੀ ਮੋਟਾਪਾ ਨਹੀਂ ਆਉਂਦਾ ਤੇ ਨਾਲ ਹੀ ਉਹ ਸਰੀਰਕ ਪੱਖੋਂ ਹਮੇਸ਼ਾ ਤੰਦਰੁਸਤ ਰਹਿੰਦੀਆਂ ਹਨ ਅਜਿਹੇ ਹੀ ਹੋਰ ਨੁਕਤੇਆਂ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ